ਸੋ ਸਿਕਲ ਵੀਰ ਜੀ ਸਭ ਤੋਂ ਪਹਿਲਾਂ ਜੀ ਆਪਣਾ ਹੈਲਪਲਾਈਨ ਨੰਬਰ ਕਰ ਲਓ ਨੋਟ ਜੀ 883766987 ਜਿਹਦੇ ਉੱਤੇ ਤੁਸੀਂ ਆਪਣੀ ਮਸ਼ੀਨਰੀ ਸੰਦ ਪਲਾਟਾਂ ਦੀ ਜਿਹੜੀ ਐਡ ਪੇਜ ਕੇ ਤੇ ਐਡ ਬਿਲਕੁਲ ਫ੍ਰੀ ਦੇ ਵਿੱਚ ਸਾਡੇ ਚੈਨਲ ਤੇ ਕਰਵਾ ਸਕਦੇ ਹੋ ਐਡ ਪੇਜੰਦਾ ਤੇ ਲਵਾਉਣ ਦਾ ਕੋਈ ਖਰਚਾ ਨਹੀਂ ਜੀ ਤੁਸੀਂ WhatsApp ਸਾਨੂੰ ਕਰ ਸਕਦੇ ਹੋ 5 ਤੋਂ 7 ਫੋਟੋਆਂ ਤੇ ਉਸ ਤੋਂ ਬਾਅਦ ਤੁਹਾਡੀ ਜਿਹੜੀ ਐਡ ਆਸੀਂ ਬਿਲਕੁਲ ਫ੍ਰੀ ਦੇ ਵਿੱਚ ਲਗਾ ਦੇਾਂਗੇ ਅੱਜ ਆਪਣੇ ਕੋਲ ਇੱਕ ਘੋੜੀ ਇੱਕ ਰੀਪਰ ਰੋਟਾਵੀਟਰ ਟਰਾਲੀ ਟਰੈਕਟਰ ਤੇ ਇੱਕ ਕੰਪਾਈਨ ਜਿਹੜੀ ਤੁਸੀਂ ਦੇਖ ਰਹੇ ਹੋ ਜੀ ਇਹ ਸਭ ਸੰਦ ਆਏ ਨੇ ਤੇ ਵੀਡੀਓ ਲੈ ਕੇ حاضرਾਂ ਜੀ ਤੇ ਲਾਈਕ ਕਰ ਦਿਓ ਜੀ ਅੱਜ ਦੀ ਵੀਡੀਓ ਨੂੰ 150 ਲਾਈਕ ਦਾ ਟਾਰਗੇਟ ਹੈ ਜੀ ਜਿਹੜਾ ਵੀ ਵੀਰ ਆਇਆ ਤਾਂ ਲਾਈਕ ਜ਼ਰੂਰ ਕਰਨਾ ਹੈ 150 ਲਾਈਕ ਤੁਸੀਂ ਕਰ ਦੇਣੇ ਜੀ ਵੀਡੀਓ ਦੇ ਉੱਤੇ ਤੇ ਤੁਹਾਡਾ ਤਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੋਊਗਾ ਜੀ ਤੇ ਆਪਣਾ ਟਾਰਗੇਟ ਹੈ ਜੀ 150 ਲਾਈਕ ਦਾ ਸਬਸਕ੍ਰਾਈਬ ਕਰ ਦਿਓ ਜਿਹੜੇ ਵੀਰਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਕੰਪਾਈਨ ਦੇਖ ਰਹੇ ਹੂੰ ਜੀ 2000 ਤੇ 12 ਮਾਡਲ ਕੰਪਾਈਨ ਹੈ ਕੰਪਨੀ ਚ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਦੁਬਾਰੇ ਤਿਆਰ ਕਰਵਾਈ ਸੀ ਝੋਨੇ ਝੋਨੇ ਦਾ ਸੀਜ਼ਨ ਲਾਇਆ ਖਜੇ 9 ਲੱਖ ਤੇ 25000 ਰੁਪਏ ਦਾ ਪ੍ਰਾਈਸ ਹੈ ਟਰਬ ਨੰਬਰ ਵੀ ਦਾ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਜਿਹਦੇ ਉੱਤੇ ਤੁਸੀਂ ਕਾਲ ਕਰਕੇ ਇਹ ਕੰਪੈਨ ਲੈ ਸਕਦੇ ਹੋ ਬ੍ਰਿਸ਼ ਕਰਮਾ 841 ਫਿਰ ਦੱਸ ਦਿਆਂ ਕਿ ਕੰਪੈਨ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਫਿਰ ਤੋਂ ਤਿਆਰ ਕਰਵਾਈ ਗਈ ਹੈ ਦੁਬਾਰਾ ਤਿਆਰ ਕਰਵਾਈ ਹੈ ਤੇ ਰੰਗ ਵਗੈਰਾ ਦੁਬਾਰਾ ਸਟicker ਵਗੈਰਾ ਸਾਰੇ ਕੰਪਨੀ ਵਿੱਚੋਂ ਤਿਆਰ ਹੋ ਕੇ ਆਈ ਹੈ ਟਰਬੋ ਪੇਟੀ ਬੰਦ ਬਿਲਕੁਲ ਇੰਜਨ ਪਿਆ ਜੀ ਅਜ ਨਾਲ ਆ ਏਰੀਆ 9 ਲੱਖ ਤੇ 25000 ਰੁਪਏ ਦੀ ਡਿਮਾਂਡ ਹੈ ਤੇ ਇਹ ਡਿਮਾਂਡ ਹੈ ਵੀਰ ਜੀ ਬਾਕੀ ਤੁਸੀਂ ਕਾਲ ਕਰਕੇ ਵੀਰ ਤੋਂ ਜਿੰਨਾ ਵੀ ਇਹਦਾ ਪ੍ਰਾਈਸ ਹੈ ਜੀ ਪੁੱਛ ਸਕਦੇ ਹੋ ਅੱਗੇ ਜਿਹੜੀ ਆਪਣੇ ਕੋਲੇ ਐਡ ਆਈ ਆ ਵੀਰ ਘੋੜੀ ਦੀ ਐਡ ਆ ਜਿਹੜੀ ਵੀਰ ਨੇ ਆਪਾਂ ਨੂੰ ਭੇਜੀ ਸੀਗੀ ਐਡ ਤੇ ਸਭ ਤੋਂ ਪਹਿਲਾਂ ਤੇ ਆਪਾਂ ਰੇਟ ਦੀ ਗੱਲ ਕਰਦੇ ਰੇਟ ਵੀਰ ਨੇ ਫੋਨ ਦੇ ਉੱਤੇ ਕਿਹਾ ਹੈ ਕਿ ਫੋਨ ਦੇ ਉੱਤੇ ਅਸੀਂ ਰੇਟ ਦੱਸਦੇ ਆਂ ਕਿ ਜਿਹੜੇ ਜਿਹੜੇ ਵੀਰ ਇੰਟਰਸਟ ਰੱਖਦੇ ਨੇ ਘੋੜੀ ਲੈਣ ਵਿੱਚ ਉਹੀ ਫੋਨ ਕਰਿਓ ਜੀ ਘੋੜੀ ਹੈਗੀ ਆ ਜੀ ਨੁਕਰੀ ਘੋੜੀ ਆ ਵੀਰ ਤੁਸੀਂ ਦੇਖੀ ਜਿਓ ਫੋਟੋਆਂ ਦੇ ਵਿੱਚ ਏਰੀਆ ਇਹਨਾਂ ਦਾ ਮੋਗਾ ਜੀ ਪੰਜਾਬ ਵੀਰ ਦਾ ਜਿਹੜਾ ਨੰਬਰ ਹੈ ਜੀ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਜੀ 8427155903 8427155903 ਇਹ ਵੀਰ ਦਾ ਨੰਬਰ ਹੈ ਵੀਰ ਦੇ ਦੱਸਣ ਦੇ ਮਤਾਬਿਕ 9 ਮਹੀਨੇ ਦੀ ਘੋੜੀ ਜਿਹੜੀ ਗੱਭ ਹੈ ਜੀ ਤੇ ਬਾਕੀ ਤੁਸੀਂ ਫੋਟੋਆਂ ਦੇਖ ਹੀ ਲਈਆਂ ਜੀ ਪੂਰੀ ਵਧੀਆ ਘੋੜੀ ਸੋਨੂੰ ਬੋਟਮਾਂ ਦੇ ਵਿੱਚ ਦੇਖ ਰਿਹਾ ਬਾਕੀ ਜਿੰਨੀ ਵੀ ਜਾਣਕਾਰੀ ਆ ਤੁਸੀਂ ਭਾਈ ਵੀਰ ਦਾ ਨੰਬਰ ਦਿੱਤਾ ਹੋਇਆ ਜਿਹਦੇ ਉੱਤੇ ਤੁਸੀਂ ਕਾਲ ਕਰ ਲੈਣੀ ਹੈ ਤੇ ਸਾਰਾ ਕੁਝ ਪੁੱਛ ਲੈਣਾ ਪਿੰਡ ਲੰਡੇ ਇਹ ਖੜੀ ਹੈ ਵੀਰ ਜੀ ਮੋਗੇ ਏਰੀਆ ਦੇ ਪਿੰਡ ਲੰਡੇ ਦੇ ਵਿੱਚ ਇਹ ਕੁੜੀ ਜਿਹੜੀ ਖੜੀ ਹੈ ਜੀ ਨੁਕਰੀ ਘੋੜੀ ਹੈ ਤੇ 9 ਮਹੀਨਿਆਂ ਦੀ ਜਿਹੜੀ ਗੱਭ ਹੈ ਜੀ ਤੇ ਜਿੰਨੇ ਵੀ ਮੀਰ ਮੈਨੂੰ ਐਡ ਭੇਜਦੇ ਨੇ ਉਹਨਾਂ ਦੀ ਐਡ ਜਿਹੜੀ ਹੁੰਦੀ ਹੈ ਜੀ ਇੱਕ ਤੋਂ ਮਤਲਬ ਕਿ ਦੋ ਦਿਨਾਂ ਦੇ ਵਿੱਚ ਐਡ ਲੱਗ ਜਾਂਦੀ ਕਿਉਂਕਿ ਸਾਡੇ ਕੋਲੇ ਐਡ ਥੋੜੀ ਜ਼ਿਆਦਾ ਹੁੰਦੀ ਹੈ ਤੇ ਅਸੀਂ ਬਾਰੀਸ ਐਡ ਲਾਉਨੇ ਆ ਜੀ ਜਿੱਦਾਂ ਐਡ ਆਈ ਹੁੰਦੀ ਹੈ ਉਦਾਂ ਹੀ ਅਸੀਂ ਐਡ ਲਾਈਦੀ ਹੈ ਤੁਸੀਂ ਇੱਕ ਵਾਰੀ ਐਡ ਭੇਜ ਕੇ ਬਾਅਦ ਚ ਮਤਲਬ ਕੀ ਮੈਸੇਜ ਨਾ ਕਰਿਆ ਕਰੋ ਤੋ ਉਦੋਂ ਫੇਰ ਤੁਹਾਡੀ ਐਡ ਜਿਹੜੀ ਹੈ ਤਾਂਹਾਂ ਚਲੀ ਜਾਂਦੀ ਹੈ ਅਸੀਂ ਥਰਡ ਪਲੇਸ ਤੋਂ ਚੱਕਣ ਲੱਗਦੇ ਆ ਐਡਾਂ ਤੁਸੀਂ ਐਡ ਭੇਜ ਦੇਣੀ ਇੱਕ ਦੋ ਦਿਨਾਂ ਤੱਕ ਵੇਟ ਕਰਨਾ ਚੈਨਲ ਤੇ ਦੇਖਦੇ ਰਹਿਣਾ ਤੇ ਤੁਹਾਡੀ ਐਡ ਜਿਹੜੀ ਅਸੀਂ ਚੜਾ ਦੇਣੀ ਆ ਜੀ ਅਸੀਂ ਕੋਈ ਖਰਚਾ ਨਹੀਂ ਲੈਣਾ ਜੀ ਕਿਸੇ ਤਰ੍ਹਾਂ ਦਾ ਕੋਈ ਕਮਿਸ਼ਨ ਨਹੀਂ ਜੀ ਸਿੱਧੀ ਕਿਸਾਨ ਦੇ ਘਰੋਂ ਐਡ ਆਉਂਦੀ ਹੈ ਜੀ ਕੋਈ ਮਤਲਬ ਕਿਦਰ ਵਿੱਚ ਡੀਲਰ ਡੂਲਰ ਕੁਝ ਨਹੀਂ ਹੁੰਦਾ ਨਾ ਹੀ ਕੋਈ ਮੰਡੀ ਵਾਲਾ ਟਰੈਟ ਹੁੰਦਾ ਜੀ ਤੂੜੀ ਵਾਲਾ ਰੀਪਰ ਦੇਖ ਰਹੇ ਹੋ ਜੀ ਮਾਡਲ 2014 ਤੇ ਜੀ ਬਲਕਾਰ ਕੰਪਨੀ ਦਾ ਇਹ ਰੀਪਰ ਹੈ 2014 ਮਾਡਲ ਹੈ 70 ਪੈਸੇ ਵੀ ਤੇ ਦੱਸਣ ਮੁਤਾਬਕ ਇਹਦੇ 70 ਪੈਸੇ ਟਾਇਰ ਪੇ ਹੈ ਜੀ 1 ਲੱਖ ਤੇ 15000 ਰੁਪਏ ਦੀ ਡਿਮਾਂਡ ਹੈ ਫੁੱਲ ਸਾਫ ਹੈ ਵੀਰ ਜੀ ਫੋਟੋਆਂ ਤਾਂ ਤੁਸੀਂ ਦੇਖ ਹੀ ਰਹੇ ਹੋ ਬਿਲਕੁਲ ਸਾਫ ਤੇ ਸੋਹਣਾ ਕਰੁਕਣੀ ਇਹਨਾਂ ਦਾ ਪਿੰਡ ਹੈ ਵੀਰ ਜੀ ਮਾਨਸਾ ਏਰੀਆ ਪੈ ਗਿਆ ਜ਼ਿਲ੍ਹਾ ਮਾਨਸਾ ਪੰਜਾਬ ਦੇ ਵਿੱਚ ਦੇ ਵੀ ਦਾ ਜਿਹੜਾ ਨੰਬਰ ਆ ਜੀ ਸਕਰੀਨ ਦੇ ਉੱਪਰ ਦਿੱਤੇ ਹੋਏ ਆ ਜੀ ਤੇ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਓਵਰ ਆਲ ਕੰਡੀਸ਼ਨ ਬਹੁਤ ਹੀ ਵਧੀਆ ਪਈ ਹੈ ਜੀ ਬਹੁਤ ਸੋਹਣੀ ਕੰਡੀਸ਼ਨਦਾਰੀ ਪਰ ਹੈ ਤੇ ਵੀ ਉਹਦਾ ਨੰਬਰ ਦਿੱਤੇ ਹੋਏ ਜੀ ਬਾਕੀ ਜਿੰਨਾ ਵੀ ਤੁਸੀਂ ਰੇਟ ਦੇ ਵਿੱਚ ਉੱਪਰ نیچے ਕਰਨਾ ਹੈ ਉਹ ਵੀ ਨਾਲ ਮੌਕੇ ਤੇ ਕਰ ਸਕਦੇ ਹੋ ਤੇ ਇੱਕ ਜਿੰਨੀਆਂ ਵੀ ਅਸੀਂ ਐਡਾਂ ਪਾਉਨੇ ਆ ਵੀਰ ਜੀ ਇਹਨਾਂ ਦੇ ਐਡ ਦੇ ਤੁਸੀਂ ਜਿਹੜੀ ਡੇਟ ਹੁੰਦੀ ਹੈ ਉਹ ਦੇਖ ਲਿਆ ਕਰੋ ਡਿਸਕ੍ਰਿਪਸ਼ਨ ਦੇ ਵਿੱਚ ਤੇ ਤੁਸੀਂ ਜਿਹੜੇ ਫੋਨ ਲਾਉਣੇ ਆ ਇੱਕ ਮਹੀਨੇ ਦੇ ਵਿੱਚ ਵਿੱਚ ਇਹਨਾਂ ਨੂੰ ਫੋਨ ਕਰਕੇ ਆਪਣੇ ਸੰਤਾਂ ਦਾ ਪੁੱਛਣਾ ਹੈ ਕਿਉਂਕਿ ਇੱਕ ਮਹੀਨੇ ਤੋਂ ਬਾਅਦ ਜਦੋਂ ਐਡ ਪੁਰਾਣੀ ਹੋ ਜਾਂਦੀ ਹੈ ਜਾਂ ਤਾਂ ਉਹਦੇ ਐਡ ਦੇ ਸੰਤ ਜਿਹੜੇ ਵਿਕ ਜਾਂਦੇ ਆ ਜੀ ਤੇ ਜੇ ਉਹ ਦੁਬਾਰਤੋਂ ਐਡ ਲਵਾਉਂਦੇ ਇੱਕ ਮਹੀਨੇ ਤੋਂ ਬਾਅਦ ਤੁਸੀਂ ਐਡ ਦੇਖ ਲਿਆ ਕਰੋ ਇੱਕ ਮਹੀਨੇ ਤੋਂ ਬਾਅਦ ਕਿਸੇ ਨੂੰ ਫੋਨ ਨਾ ਕਰਿਆ ਕਰੋ ਕਿਉਂਕਿ ਬਾਅਦ ਦੇ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਵੀਰਾਂ ਨੂੰ ਵੀ ਉਹ ਫੋਨ ਕਰਦੇ ਸਾਨੂੰ ਕਿ ਯਾਰ ਫੋਨ ਆਉਣੇ ਬੰਦ ਨਹੀਂ ਹੋ ਰਹੇ ਐਡ ਡਿਲੀਟ ਕਰ ਦਿਓ ਐਡ ਡਿਲੀਟ ਅਸੀਂ ਇਸ ਕਰਕੇ ਨਹੀਂ ਕਰ ਸਕਦੇ ਕਿਉਂਕਿ ਬਾਵਾ ਸੰਤ ਹੁੰਦੇ ਨੇ ਇੱਕ ਐਡ ਦੇ ਵਿੱਚ ਤਾਂ ਕਰਕੇ ਅਸੀਂ ਡਿਲੀਟ ਨਹੀਂ ਕਰ ਸਕਦੇ ਰੋਟਾ ਮੀਟਰ ਦੇ 15 ਮਾਡਲ ਦਸ਼ਮੇਸ਼ ਕੰਪਨੀ ਦਾ ਰੋਟਾਵੀਟਰ ਵੀਰ ਜੀ ਫੁੱਲ ਰੋਟਾਵੀਟਰ ਹੈ 8 ਫੁੱਟਾ ਤੇ ਜਾਨੀ ਕਿ ਮਸ਼ੀਨ ਮਸ਼ੂਨ ਸਭ ਕੁਝ ਨਾਲ ਹੈ 84000 ਰੁਪਏ ਦੀ ਡਿਮਾਂਡ ਹੈ ਵੀਰ ਦੀ ਸਰਹੰਦ ਪੰਜਾਬ ਏਰੀਆ ਸਰਹੰਦ ਪੰਜਾਬ ਏਰੀਆ ਕਿਸਾਨ ਵੀਰ ਦਾ ਨੰਬਰ ਹੈ ਸਕਰੀਨ ਦੇ ਉੱਪਰ ਹੈ ਜੀ 98552 ਤੇ 25557 ਵੀਰ ਦਾ ਨੰਬਰ ਹੈ ਜਿੱਤੇ ਤੁਸੀਂ ਕਾਲ ਕਰ ਲੈਣੀ ਹੈ ਤੇ ਇਹ ਰੋਟਾਵੀਟਰ ਤੁਸੀਂ ਲੈ ਲੈਣੇ ਕੰਡੀਸ਼ਨ ਤੋਂ ਦੇ ਸਾਹਮਣੇ ਜੀ ਬਿਲਕੁਲ ਸਾਫ਼ ਸੋਹਣੀ ਸਾਰਾ ਕੁਝ ਮੇਰੇ ਕਿਤੇ ਜਰਜ ਆਪਾਂ ਨਹੀਂ ਲੱਗਾ ਬਿਲਕੁਲ ਸਾਫ਼ ਪਿਆ ਤੇ ਪੂਰਾ ਵਧੀਆ ਚਾਲੂ ਕੰਡੀਸ਼ਨ ਦੇ ਵਿੱਚ ਇਹ ਰੀਪਰ ਹੈ ਆ ਰੋਟਾਵੀਟਰ ਹੈ 2015 ਮਾਡਲ ਹੈ ਜੀ 84000 ਰੁਪਏ ਦੀ ਡਿਮਾਂਡ ਹੈ ਦਸ਼ਮੀਸ਼ ਕੰਪਨੀ ਹੈ ਜੀ 8 ਫੁੱਟ ਹੈ ਤੇ ਰਹੰਦ ਪੰਜਾਬ ਦੇ ਵਿੱਚ ਇਹ ਖੜਾ ਹੈ ਜੀ ਕਿਸਾਨ ਵੀਰ ਦਾ ਨੰਬਰ ਸਕਰੀਨ ਤੇ ਦਿੱਤਾ ਹੋਇਆ ਹੈ ਜੀ ਜੀਤੇ ਕਾਲ ਕਰ ਲੈਣੀ ਹੈ ਜੀ ਤੇ ਜਦੋਂ ਵੀ ਤੁਸੀਂ ਐਡ ਭੇਜਣੀ ਸਾਡੇ ਨੰਬਰ ਤੇ ਉੱਤੇ ਜਦੋਂ ਐਡ ਭੇਜਦੇ ਹੋ ਜੀ ਐਡ ਭੇਜਣ ਵੇਲੇ ਤੁਸੀਂ ਜਿਹੜੀਆਂ ਖਾਸ ਗੱਲਾਂ ਦਾ ਧਿਆਨ ਰੱਖਣਾ ਹੈ ਜੀ ਉਹ ਮਤਲਬ ਕਿ ਜਿਹੜੀ ਸੰਦ ਦਾ ਉਹਦਾ ਨਾਂ ਪ੍ਰਾਈਸ ਏਰੀਆ ਇੱਕ ਚੱਲਦਾ ਹੋਇਆ ਮੋਬਾਈਲ ਨੰਬਰ ਜ਼ਰੂਰ ਭੇਜਣਾ ਹੈ ਜੀ ਤਾਂਕਿ ਕਿਸੇ ਵੀਰ ਨੂੰ ਬਾਅਦ ਚ ਸਮੱਸਿਆ ਨਾ ਹੋਵੇ ਤਾਂ ਕਰਕੇ ਸਾਨੂੰ ਬਾਅਦ ਚ ਕਈ ਵੀਰਾਂ ਤੋਂ ਪੁੱਛਣਾ ਪੈਂਦਾ ਜੀ ਤੁਸੀਂ ਮੋਬਾਈਲ ਨੰਬਰ ਭੇਜੋ ਜੇ ਭੇਜੋ ਉਹ ਭੇਜੋ ਪੰਜ ਤੋਂ ਸੱਤ ਫੋਟੋਵਾਂ ਐਚਡੀ ਵਧੀਆ ਖਿੱਚੀਆਂ ਹੋਈਆਂ ਸਾਫ਼ ਜੇ ਤੁਹਾਡਾ ਮੋਬਾਈਲ ਵਧੀਆ ਨਹੀਂ ਹੈਗਾ ਤਾਂ ਕਿਸੇ ਆਂਡੀ ਕਮਾਂਡੀ ਦੇ ਮੋਬਾਈਲ ਤੇ ਵਟਸਐਪ ਕਰਦਿਆ ਕਰੋ ਜੀ ਅਗੇੜਾ ਟਰੈਕਟ ਦੇਖ ਰਹੇ ਹੋ ਜੀ ਐਚਐਮਟੀ 3511 ਟਰੈਕਟ ਹੈ ਜੀ ਇਹ ਮਾਡਲ ਹੈਗਾ ਜੀ 1995 ਕੰਡੀਸ਼ਨ ਤੋਂ ਦੇ ਸਾਹਮਣੇ ਜੀ ਹੁੱਡ ਛਤਰੀ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਇੰਜਨ ਬਿਲਕੁਲ ਓਕੇ ਹੈ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਜਿਹੜਾ ਪ੍ਰਾਈਜ਼ਿੰਗ ਹੈ ਬਹੁਤ ਜੀ ਸੋਨਾ ਪ੍ਰਾਈਜ਼ 1 ਲੱਖ ਰੁਪਿਆ ਪ੍ਰਾਈਜ਼ ਉਹ ਵੀ ਇਹਨੇ ਮੰਗਿਆ ਹੋਇਆ ਤਾਂ ਤੇ ਅਪੋਲੋ ਕੰਪਨੀ ਦੇ ਟਾਇਰਾਂ ਵੀ ਇੱਥੇ ਬਿਲਕੁਲ ਕੰਡੀਸ਼ਨ ਤੋਂ ਤੁਸੀਂ ਦੇਖ ਰਹੇ ਹੋ ਟਾਇਰਾਂ ਦੀ ਓਕੇ ਕੰਡੀਸ਼ਨ ਹੈ ਜੀ ਰਾਮਪੁਰਾ ਫੂਲ ਪੰਜਾਬ ਦੇ ਲਾਗੇ ਨਾ ਦਾ ਪਿੰਡ ਹੈ ਜੀ ਕਿਸਾਨ ਵੀਰ ਦਾ ਨੰਬਰ ਹੈ ਜਿਹੜਾ ਜੀ 75280 ਤੇ 04943 7528004943 ਇਹ ਇਹਨਾਂ ਦਾ ਨੰਬਰ ਹੈ ਜੀ ਜਿੱਤੇ ਕਾਲ ਕਰਕੇ ਤੁਸੀਂ ਇਹ ਟ੍ਰੈਡ ਹੈਟ ਜਿਹੜਾ ਖਰੀਦ ਸਕਦੇ ਹੋ ਰੇਟ ਜਿਹੜਾ ਮੌਕੇ ਦੇ ਉੱਤੇ ਉੱਪਰ-ਨੀਚੇ ਹੋ ਜੂਗਾ ਜਿਵੇਂ ਦੱਸਣ ਦੇ ਮੁਤਾਬਕ ਬਾਕੀ ਇਸ ਕੰਡੀਸ਼ਨ ਜਿਹੜੀ ਹੈ ਬਹੁਤ ਹੀ ਸੋਹਣੀ ਤੇ ਸਾਫ਼ ਕੰਡੀਸ਼ਨ ਦਾ ਇਹ ਟ੍ਰੈਡ ਪਿਆ ਜੀ ਤੇ ਹਰ ਇੱਕ ਵੀਰ ਇਹਨੂੰ ਖਰੀਦ ਸਕਦਾ ਫੋਨ ਕਰਕੇ ਤੁਸੀਂ ਰੇਟ ਪੁੱਛ ਸਕਦੇ ਹੋ ਜੀ ਅੱਗੇ ਤੁਸੀਂ ਦੇਖ ਰਹੇ ਹੋ ਟਰਾਲੀ 11 6 ਦੀ ਟਰਾਲੀ ਹੈ ਵੀਰ ਤੇ ਕੰਡੀਸ਼ਨ ਤੁਹਾਡੇ ਬਿਲਕੁਲ ਸਾਹਮਣੇ ਆ ਟੂੜੀ ਵਾਲੀ ਟਰਾਲੀ ਹੈ ਵੀਰੇ ਦੀ ਜਾਲੀਆਂ ਵਗੈਰਾ ਬਿੱਡ ਟੂੜੀ ਵਾਲੇ ਉਹ ਜਿਹੜੇ ਲਾ ਕੇ ਥੱਲੇ ਰੱਖੇ ਹੋਏ ਨੇ ਤੇ ਵੀਰ ਨੇ ਕਿਹਾ স্পেশাল ਕਿਹਾ ਕਿ 1 ਮਹੀਨਾ ਹੀ ਸਾਨੂੰ ਤੁਸੀਂ ਫੋਨ ਕਰਕੇ ਇਹ ਟਰਾਲੀ ਦਾ ਮਤਲਬ ਕਿ ਜਿੰਨੀ ਵੀ ਜਾਣਕਾਰੀ ਲੈਣੀ ਹੈ 1 ਮਹੀਨੇ ਦੇ ਅੰਦਰ ਅੰਦਰ ਲੈਣੀ ਹੈ 1 ਮਹੀਨੇ ਤੋਂ ਬਾਅਦ ਕੋਈ ਵੀਰ ਵੀਰ ਨੂੰ ਫੋਨ ਨਾ ਕਰੇ ਐਡ ਦੀ ਤੁਸੀਂ ਡੇਟ ਦੇਖ ਲੈਣੀ ਹੈ ਤੇ ਫਿਰੋਜ਼ਪੁਰ ਚ ਖੜੀ ਹੈ ਵੀਰੇ ਟਰਾਲੀ 52000 ਪ੍ਰਾਈਸ ਮੰਗਿਆ ਵੀਰ ਨੇ ਤੇ ਸਭ ਕੁਝ ਹੈਗਾ ਵੀਰੇ ਜਾਲੀਆਂ ਵਗੈਰਾ ਟੁੜੀ ਵਾਲੇ ਬਿਡ ਵਗੈਰਾ ਸਭ ਕੁਝ A to Z ਜਿੰਨਾ ਵੀ ਸਮਾਨ ਹੈਗਾ ਵੀਰੇ ਨਾਲ ਹੈ ਰੇਟ ਜਿਹੜਾ ਵੀਰ ਨੇ 52000 ਰੁਪਏ ਮੰਗਿਆ ਹੋਇਆ ਵੀਰ ਦਾ ਨੰਬਰ ਹੈ 94636 ਤੇ 21 811 94636 21811 ਇਹ ਵੀਰ ਦਾ ਨੰਬਰ ਹੈ ਜਿਹਦੇ ਤੁਸੀਂ ਇਹ ਕਾਲ ਕਰ ਲੈਣੀ ਹੈ ਤੇ ਇਹ ਪੁੱਛ ਲੈਣਾ ਟਰਾਲੀ ਦੇ ਬਾਰੇ ਟਰਾਲੀ ਤੁਸੀਂ ਦੇਖ ਹੀ ਰਹੇ ਹੋ ਬਹੁਤ ਹੀ ਵਧੀਆ ਆ ਕੰਡੀਸ਼ਨ ਹੈ ਜਿਹੜੀ ਚਾਦਰ ਦੇ ਵਿੱਚ ਥੋੜੀ ਤੁਸੀਂ ਥੋੜੀ ਜਰਤ ਤੇ ਥੋੜੀਆਂ ਮੋਰੀਆਂ ਹੈਗੀਆਂ ਨੇ ਬਾਕੀ ਬਿਲਕੁਲ ਓਕੇ ਹੈ ਜੀ ਤੇ ਵੀਡੀਓ ਕਿਦਾਂ ਦੇ ਲੱਗਦੇ ਨੇ ਵੀਰੇ ਫੋਨ ਕਰ ਕਮੈਂਟ ਕਰਕੇ ਜਰੂਰ ਦੱਸਿਓ ਕਰੋ ਕਮੈਂਟ ਤੁਸੀਂ ਬਹੁਤ ਕੱਟ ਕਰਦੇ ਹੋ ਲਾਈਕ ਟਾਰਗੇਟ ਤੁਹਾਨੂੰ ਮੈਂ ਫਿਰ ਤੋਂ ਦੱਸ ਦਿਆ ਜੀ ਆਪਣਾ ਜਿਹੜਾ ਲਾਈਕ ਟਾਰਗਟ 150 ਲਾਈਕ ਦਾ ਟਾਰਗੇਟ ਹੈ ਮੈਂ ਆਸ ਕਰ ਤੂੰ ਸੀ ਬਹੁਤ ਹੀ ਕੰਪਲੀਟ ਕਰ ਦਿੰਨੇ ਹੋ ਸਾਰੇ ਵੀਰ ਬਹੁਤ ਲਾਈਕ ਕਰ ਦੇਣੀ ਵੀਡੀਓ ਨੂੰ ਕਮੈਂਟ ਕਰ ਦੇਨੇ ਜਿੰਨੇ ਵੀਰ ਦੇਖਦੇ ਨੇ ਤੇ 150 ਲਾਈਕ ਜ਼ਰੂਰ ਕਰਨਾ ਜੀ ਹੁਣ ਆਪਾਂ ਕਰਦੇ ਜੀ ਕਮੈਂਟਾਂ ਦੀ ਗੱਲ ਜਿਹੜੇ ਜਿਹੜੇ ਵੀਰਾਂ ਨੇ ਪਿਛਲੀਆਂ ਵੀਡੀਓ ਦੇ ਉੱਤੇ ਕਮੈਂਟ ਕੀਤੇ ਨੇ ਹੁਣ ਕਮੈਂਟ ਪੜ੍ਹਦੇ ਆ ਜੀ ਆਪਾਂ ਤਰਨ ਤਾਰਨ ਤੋਂ ਇਹ ਕਮੈਂਟ ਕੀਤਾ ਗਿਆ ਟਰਾਲੀ ਦਾ ਰੇਟ 70 ਤੋਂ 80000 ਮਾਰਕੀਟ ਦੇ ਹਿਸਾਬ ਨਾਲ ਪਿਛਲੇ ਜਿਹੜੇ ਆਪਾਂ ਟਰਾਲੀ ਪਾਈ ਸੀਗੀ ਇੱਕ ਤੇ ਉਹਦਾ ਰੇਟ ਦੀ ਇਹ ਗੱਲ ਕਰ ਰਹੇ ਨੇ ਵੀਰ ਮਾਰਕੀਟ ਦੇ ਹਿਸਾਬ ਨਾਲ ਮੈਂ ਹਰ ਇੱਕ ਵੀਡੀਓ ਦੇ ਵਿੱਚ ਕਹਿ ਰਿਹਾ ਹਾਂ ਵੀ ਜਿਹੜਾ ਵੀ ਤੁਸੀਂ ਰੇਟ ਭੇਜਣਾ ਮਾਰਕੀਟ ਦੇ ਹਿਸਾਬ ਨਾਲ ਭੇਜਣਾ ਹੈ ਜੱਟ ਨੇ ਭੇਜਿਆ ਜੀ ਫਾਰਮ ਟਰੈਕ 60 55 T20 ਹੋਏ ਦੱਸਾਂਗੇ ਬਿਲਕੁਲ ਜੀ ਜਿਲਾ ਸਕਰੀਨ ਤੇ ਸ਼ੋਅ ਕਰਾਇਆ ਕਰੋ ਓਕੇ ਵੀਰ ਵੀਰ ਮਾਡਲ ਹਿਸਾਬ ਨਾਲ ਰੱਖਿਆ ਕਰੋ ਬਿਲਕੁਲ ਵੀਰ ਜ਼ਮੀਨ ਦਾ ਬੁੱਲ ਘਟ ਨਹੀਂ ਮੰਗਿਆ ਵੀਰ ਜਿੰਨੇ ਵੀ ਰੇਟ ਹੁੰਦੇ ਨੇ ਆਪਾਂ ਕੋਈ ਰੇਟ ਤੈਅ ਨਹੀਂ ਕਰਦੇ ਤੇ ਕਿਸਾਨ ਵੀਰ ਪਿੱਛੋਂ ਰੇਟ ਲਿਖ ਕੇ ਭੇਜਦੇ ਨੇ ਅਸੀਂ ਤਾਂ ਬੇਨਤੀ ਕਰਦੇ ਹਾਂ ਕਿ ਜਿੰਨਾ ਵੀ ਰੇਟ ਹੁੰਦਾ ਵੀਰ ਥੋੜਾ ਜਿਆ ਮਾਰਕੀਟ ਦੇ ਹਿਸਾਬ ਨਾਲ ਭੇਜਿਆ ਕਰੋ ਮੇਰੀ ਟਾਈਸ ਵੀਡੀਓ ਜਗ ਜਸਪ੍ਰੀਤ ਗੌਰ ਹੈਲੋ ਸਰ ਤੁਸੀਂ ਲੋਕੇਸ਼ਨ ਵੀ ਦੱਸਿਆ ਕਰੋ ਪਲੀਜ਼ ਬਿਲਕੁਲ ਜੀ ਲੋਕੇਸ਼ਨ ਆ ਵੀਡੀਓ ਦੇ ਵਿੱਚ ਆਉਣ ਲੱਗੀਆਂ ਤੇ ਸੌਰੀ ਅਸੀਂ ਉਹ ਵੀਡੀਓ ਚ ਦੱਸ ਨਹੀਂ ਸਕੇ ਤੇ ਕਰਨ ਸੱਧੂ ਨੇ ਪੁੱਛਿਆ 23 ਲੱਖ ਦੋ ਕਿੱਲਾਂ ਦਾ ਹੋਣਾ ਨਹੀਂ ਵੀਰ ਆ ਦੋਨਾਂ ਕਿੱਲਾਂ ਦਾ ਨਹੀਂ ਸੀਗਾ ਉਹ ਕਿੱਲੇ ਕਿੱਲੇ ਦਾ ਰੇਟ ਸੀਗਾ ਤੇ ਤੁਸੀਂ ਬਾਕੀ ਵੀਰ ਦਾ ਨੰਬਰ ਹੋਊਗਾ ਜੀ ਵੀਡੀਓ ਚ ਤੋਂ ਪੁੱਛ ਸਕਦੇ ਹੋ ਜੀ ਜਸਵਿੰਦਰ ਸਿੰਘ ਨੇ ਪੁੱਛਿਆ ਵੀਰ ਕੋਈ 2 ਤੋਂ 3 ਲੱਖ ਵਿੱਚ ਕੰਪੈਨ ਬਿਲਕੁਲ ਵੀ ਕੋਈ ਏਦਾਂ ਦੀ ਕੰਪੇਨ ਆਉਂਦੀ ਦਾ ਸੀ ਤੁਹਾਡੇ ਲਈ ਬਿਲਕੁਲ ਲੈ ਕੇ ਹਾਜ਼ਰਾਂ ਜੀ ਆਪਣੇ ਚੈਨਲ ਤੇ ਤੁਸੀਂ ਬਣੇ ਰਹੋ ਜੀ ਚੈੱਕ ਕਰਦੇ ਰਹੋ ਜੀ ਰਾਜਵਿੰਦਰ ਕੌਰ ਨੇ ਟੂ ਮੱਚ ਥੈਂਕ ਯੂ ਜੀ ਜੀਐਸ ਸੰਦੂ ਵੈਰੀ ਨਾਈਸ ਜੀ ਥੈਂਕ ਯੂ ਵੀਰੇ ਤੇ ਕਮੈਂਟ ਕਰਨ ਲਈ ਵੀਰੇ ਤੇ ਤਰਸੇਮ ਸਿੰਘ ਨੇ ਕਿਹਾ ਬਰਨਾਲਾ ਪਿੰਡ ਮੇਦੀ ਜ਼ਮੀਨ 11 ਲੱਖ ਤੇ ਪ੍ਰਾਈਸ 25 ਲੱਖ ਇਹਨਾਂ ਨੇ ਜੀ ਮੰਗਿਆ ਜੀ ਤੇ ਨੰਬਰ ਦਿੱਤਾ ਹੋਇਆ ਜੀ ਜੇਕਰ ਕੋਈ ਲੈਣਾ ਚਾਹੁੰਦਾ ਜੀ ਬਰਨਾਲਾ ਦੇ ਇਰੀਏ ਦੇ ਵਿੱਚ ਕੋਈ ਜ਼ਮੀਨ ਤੇ ਬਾਕੀ ਜਿੰਨੀਆਂ ਵੀ ਆਪਣੇ ਕੋਲੇ ਐਡਾ ਹੁੰਦੀਆਂ ਵੀਰ ਆਪਾਂ ਲੱਗਦੀਆਂ ਰਹਿੰਦੀਆਂ ਨੇ ਜਿਹੜੇ ਵੀ ਰਣੇ ਐਨਾ ਭੇਜੀਆਂ ਜੀ ਇੱਕ ਦੋ ਦਿਨ ਵੇਟ ਕਰ ਲਿਆ ਕਰੋ ਸਾਰੇ ਵੀਰਾਂ ਦੀ